किसानी आंदोलन में चर्चित चेहरा रहे लखा सिधाना आज पटियाला में ईटीटी टेट पास बेरोजगार अध्यापकों से मिलने पहुंचे। पटियाला के बीएसएनएल टावर पर पिछले 132 दिनों से बैठे अध्यापक सुरेंद्र पाल की सेहत के लिए जानकारी। पंजाब सरकार पर जमकर बोले सिधाना। पत्रकारों को संबोधित करते हुए लखा सिधाना ने बताया कि इस समय जो पंजाब में माहौल चल रहा है, राजनीतिक पार्टियों द्वारा लोगों को गुमराह किया जा रहा है। सत्ता में आने से पहले पार्टियां लोगों से बड़े बड़े वायदे तो करती हैं, लेकिन निभाता कोई नहीं। सिधाना ने बताया कि अध्यापकों का लगातार संघर्ष चल रहा है। जिस प्रकार की सहायता की जरूरत इन्हें पड़ेगी, हम इनके साथ हैं। सिधाना ने कहा कि पंजाब के लोगों को मुफ्त में किसी भी चीज की जरूरत नहीं, लोगों को रोजगार तथा नौकरियां मुहैया करवाई जाएं। अब पंजाब के इलेक्शन नजदीक आ रहे हैं तो राजनीतिक पार्टियों को लोगों की याद आ रही है। गांव के लोगों को राजनीतिक पार्टियों का विरोध नहीं करना चाहिए, बल्कि जब वह गांव में आए तो उनसे सवाल किए जाएं। ਸਰਕਾਰ ਸੁਣਦੀ ਹੁੰਦੀ ਤਾਂ ਸਾਢੇ ਚਾਰ ਸਾਲ ਪਹਿਲੇ ਸੁਣ ਲੈਂਦੀ। ਅੱਜ ਤਾਂ ਹੁਣ ਵਿਚਾਰੇ ਇਹ ਇੱਥੇ ਮੌਤ ਦੇ ਮੂੰਹ 'ਚ ਬੈਠੇ ਨੇ, ਉਹ ਚਾਰ ਮਹੀਨੇ ਹੋ ਗਏ, ਸਾਢੇ ਚਾਰ ਮਹੀਨੇ, ਉਹ ਤਾਂ ਬੁਰਾ ਹਾਲ ਹੋ ਗਿਆ ਵਿਚਾਰੇ ਦਾ, ਤਾਂ ਅੱਜ ਵੀ ਸੁਣਨ ਨੂੰ ਤਿਆਰ ਨਹੀਂ। ਪਹਿਲਾਂ ਡਾਂਗਾਂ ਨਾਲ ਕੁੱਟੀ ਗਏ, ਸਿਰ ਪਾੜੀ ਗਏ, ਪਰਚੇ ਦੇਈ ਗਏ, ਬੁਰਾ ਹਾਲ ਸਾਢੇ ਚਾਰ ਸਾਲ ਪਹਿਲੇ। ਅੱਜ ਸਿੱਧੂ ਦੇ ਬਿਆਨ ਤੋਂ ਬਾਅਦ ਵੀ ਆਪਾਂ ਦੇਖ ਲਓ, ਪਹਿਲਾਂ ਹੀ ਉਦੇ ਜਿੱਦੇ ਉਹਨੂੰ ਤਾਂ ਪ੍ਰਧਾਨ ਬਣਾਇਆ, ਉਦੀ ਉਹਨੇ ਕਿਹਾ ਸੀ ਕਿ ਈਟੀਟੀ ਚਲੋ ਹੱਲ ਕਰਾਂਗੇ। ਪਰਸੋਂ ਮੁੱਖ ਮੰਤਰੀ ਨੂੰ ਲਿਖ ਕੇ ਦੇ ਕੇ ਆਇਆ ਵੀ ਈਟੀਟੀ ਚਲੋ ਹੱਲ ਕਰੋ, ਪਰ ਹੋਇਆ ਕਿੱਥੇ? ਇਕੱਲੀਆਂ ਗੱਲਾਂ ਨੇ, ਗੱਲਾਂ 'ਚ ਗੁੰਮਰਾਹ ਕਰੀ ਜਾਂਦੇ ਨੇ। ਸੋ ਇਸ ਕਰਕੇ ਬਹੁਤ ਮਾੜਾ ਹਾਲ ਆ। ਤਾਂ ਮੈਂ ਇਹੀ ਅਪੀਲ ਕਰਦਾ ਯਾਰ, ਲੋਕਾਂ ਨੂੰ ਅਪੀਲ ਕਰਦਾ, ਦੇਖੋ ਸਰਕਾਰ ਨਾਲ ਤਾਂ ਮੈਨੂੰ ਕੋਈ ਉਮੀਦ ਹੈ ਨਹੀਂ। ਇਹਨਾਂ ਨੇ ਡਰਾਮੇ ਕਰਨੇ ਆ, ਗੱਲਾਂ ਕਰਨੀਆਂ ਨੇ, ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ। ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਪਿੰਡਾਂ 'ਚ ਘੇਰ ਕੇ ਕਿਸਾਨੀ ਦੇ ਸਵਾਲ ਕਰਦੇ ਹੋ ਨਾ, ਉੱਥੇ ਇਹ ਵੀ ਸਵਾਲ ਕਰੋ ਕਿ ਚਿੱਟੇ ਨਾਲ ਜਿਹੜੇ ਸਾਡੇ ਨੌਜਵਾਨ ਮਰ ਗਏ, ਉਹਦਾ ਹਾਲ ਦੱਸੋ ਕੀ ਹੈ। ਅੱਜ ਵੀ ਸ਼ਰੇਆਮ ਚਿੱਟਾ ਪਿੰਡਾਂ 'ਚ ਵਿਕ ਰਿਹਾ, ਹਰ ਪਿੰਡ 'ਚ ਵਿਕ ਰਿਹਾ, ਸ਼ਰੇਆਮ ਪੁਲਿਸ ਪੁਕਾਰ ਰਹੀ ਆ, ਸਾਰਾ ਪੁਲਿਸ ਨੂੰ ਪਤਾ, ਪ੍ਰਸ਼ਾਸਨ ਨੂੰ ਪਤਾ। ਜਾਂ ਆਹ ਜਿਹੇ ਟੀਚਰ ਬੈਠੇ ਨੇ, 131 ਦਿਨ ਹੋ ਗਏ, ਚਮੜੀ ਗਲ ਗਈ ਨੌਜਵਾਨ ਦੀ, ਉਹਦੇ ਵਿਚਾਰੇ ਦੇ ਹੱਥ ਪੈਰ ਚੱਲਣੋਂ ਹਟ ਗਏ। ਇਹ ਵੀ ਇੱਕ ਸਵਾਲ ਸੱਚਾਈ ਦਾ ਵੀ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਵੱਡੇ ਵੱਡੇ ਬੋਰਡ ਲਾ ਤੇ, 1,00,000 ਨੌਕਰੀ ਦਿੱਤੀ, 1,00,000 ਰੁਜ਼ਗਾਰ ਦਿੱਤਾ। ਜਿਹੜੇ ਇਹ ਹਜ਼ਾਰਾਂ ਟੀਚਰ ਨੇ, ਯੋਗਤਾ ਨੈੱਟ ਟੈਟ ਕੋਈ PhD ਵੀ ਕਰੀ ਬੈਠਾ, ਇਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦੇ ਰਹੇ? ਇਹ ਸਵਾਲ ਸਾਡਾ ਪਿੰਡਾਂ ਦੇ ਵਿੱਚ ਬਾਈਕਾਟ ਨਾ ਕਰੋ ਵੀ ਪਿੰਡਾਂ 'ਚ ਵੜਨ ਨਹੀਂ ਦੇਣੇ, ਵਾੜੋ ਪਿੰਡਾਂ 'ਚ, ਆਓ ਬਿਠਾਓ, ਚਾਹ ਪਾਣੀ ਪਿਆ ਕੇ ਸਵਾਲ ਕਰੋ, ਸਵਾਲ ਕਰਕੇ ਜਵਾਬ ਲਿਓ, ਨਿਰਉੱਤਰ ਕਰਕੇ ਤੋਰੋ। ਦਲੀਲ ਦੇ ਨਾਲ ਅਗਲੀ ਵਾਰ ਉਹਨਾਂ ਨੇ ਆਉਣਾ ਹੀ, ਪਿੰਡਾਂ 'ਚ ਭੱਜਣਗੇ ਆਪੇ। ਆਈਡੀ ਲੈ ਲਈ, ਮੁੱਖ ਮੰਤਰੀ ਦਾ ਘਰ ਲੈ ਲਈ, ਪਾਰਲੀਮੈਂਟਰ ਜੀ ਵੀ ਇੱਥੇ ਹੈ, ਦੂਸਰਾ ਮੰਤਰੀ ਬ੍ਰਹਮਿੰਦਰਾ ਵੀ ਇੱਥੇ ਹੈ, ਤੁਹਾਨੂੰ ਕੀ ਲੱਗਦਾ ਉਹ ਕਿਉਂ ਨਹੀਂ ਇਹਨਾਂ ਦੀ ਸਾਰ ਲੈਣਾ? ਉਹ ਬਾਈ ਉਹਨਾਂ ਨੂੰ ਸਾਰ, ਜੇ ਇਹਨਾਂ ਦਾ ਕੋਈ ਮਾੜਾ ਮੋਟਾ ਦਰਦ ਹੋਵੇ ਪੰਜਾਬ ਦਾ ਤਾਂ ਸਾਰ ਲੈਣ। ਇਕੱਲੇ ਇਹਨਾਂ ਦੀ ਨਹੀਂ, ਆਪਾਂ ਗੱਲ ਕਰਦੇ ਪੰਜਾਬ ਦੇ ਕਿਹੜੇ ਵਰਗ ਦੀ, ਕਿਹੜੇ ਲੋਕਾਂ ਦੀ ਸਾਰ ਲਈ ਹੈ। ਬੁਰਾ ਹਾਲ ਆ, ਤਰ੍ਹਾਂ ਤਰ੍ਹਾਂ ਹੋਈ ਪਈ ਆ ਪੂਰੇ ਪੰਜਾਬ ਦੇ ਵਿੱਚ, ਸਾਰੇ ਇੱਥੇ ਬੈਠੇ, ਸਿੱਧੂ ਵੀ ਇੱਥੇ ਬੈਠਾ, ਸਿੱਧੂ ਦੇ ਘਰਵਾਲੀ ਵੀ ਇੱਥੇ ਬੈਠੀ ਹੈ, ਪ੍ਰਨੀਤ ਕੌਰ ਵੀ ਇੱਥੇ ਹੈ, ਬ੍ਰਹਮਿੰਦਰਾ ਵੀ ਇੱਥੇ ਹੈ, ਕੈਪਟਨ ਵੀ ਇੱਥੇ ਹੈ, ਜਾਣੇ ਇੱਥੇ ਸਾਰ ਗੱਲਾਂ ਨੇ, ਗੱਲਾਂ ਕਰਕੇ ਇਕੱਲੇ ਕਾਗਜ਼ੀ ਬਿਆਨ ਆ, ਦਾਗ ਛੱਡਦੇ ਆ, ਕਰਨਾ ਕਰਾਉਣਾ ਕਿਸੇ ਨੇ ਕੱਖ ਨਹੀਂ। ਗੱਲ ਕਰੀਏ ਕਿਸਾਨ ਸੰਸਦ ਦੀ, ਉੱਥੇ ਤੁਹਾਨੂੰ ਕੀ ਲੱਗਦਾ ਹੁਣ ਸਰਕਾਰ ਕੋਈ ਸੈਂਟਰ ਦੀ ਸਰਕਾਰ ਨੂੰ ਬਾਈ ਹਰਾ ਕੇ ਆਵਾਂਗੇ? ਸਪਸ਼ਟ ਗੱਲ ਹੈ, ਇਹ ਕੋਈ ਮੈਂ ਹਵਾ 'ਚ ਤਲਵਾਰਾਂ ਨਹੀਂ ਮਾਰਦਾ ਵੀ ਹਵਾ 'ਚ ਗੱਲਾਂ ਛੱਡੀ ਜਾਂਦਾ। ਤੁਸੀਂ ਆਪ ਇਸ ਗੱਲ ਤੋਂ ਹਿਸਾਬ ਲਾ ਲਓ, ਅੰਦਾਜ਼ਾ ਲਾ ਲਓ ਵੀ ਲੋਕ ਸਭਾ ਦੀ ਕਾਰਵਾਈ ਕੈ ਦਿਨ ਹੋ ਕੇ ਚੱਲੀ ਨਹੀਂ, ਤਾਂ ਕਿਹਦਾ ਅਸਰ ਹੈ ਕਿਸਾਨਾਂ ਦਾ? ਅੱਜ ਹਰ ਵਿਰੋਧੀ ਧਿਰ ਦਾ MP
ਹਰ ਨੇਤਾ ਜਿਹੜਾ ਵਿਰੋਧੀ ਧਿਰ ਦਾ ਕਿਸਾਨਾਂ ਦੀ ਗੱਲ ਕਰ ਰਿਹਾ, ਕਿਸਾਨ ਅੰਦੋਲਨ ਕਰਕੇ ਹੈ। ਅੱਜ ਅਮਰੀਕਾ ਦੇ ਮੰਤਰੀਆਂ ਤੱਕ ਨੂੰ ਇਸ ਅੰਦੋਲਨ 'ਤੇ ਬੋਲਣਾ ਪੈ ਗਿਆ, ਤਾਂ ਕਿਸਾਨ ਅੰਦੋਲਨ ਕਰਕੇ ਹੈ। ਪੂਰੀ ਦੁਨੀਆ ਦਾ ਮੀਡੀਆ ਅੱਜ ਕਵਰ ਕਰ ਰਿਹਾ ਅੰਦੋਲਨ ਨੂੰ, ਤਾਂ ਇਹ ਉਹਦਾ ਪ੍ਰਭਾਵ ਹੀ ਹੈ। ਸੋ ਇਸ ਕਰਕੇ ਬਹੁਤ ਚੜ੍ਹਦੀ ਕਲਾ 'ਚ ਹੈ, ਬਹੁਤ ਮਜ਼ਬੂਤੀ 'ਚ ਹੈ, ਪੈਰਾਂ 'ਤੇ ਹੈ ਮੋਰਚਾ। ਮੋਰਚਾ ਜਿੱਤ ਕੇ ਆਵਾਂਗੇ, ਹਰ ਹਾਲਤ ਜਿੱਤ ਕੇ ਆਵਾਂ। ਇਕੱਲਾ ਮੋਰਚਾ ਨਹੀਂ ਇਹ ਜਿੱਤਣਾ, ਪੰਜਾਬ ਦੀਆਂ ਹੋਰ ਬਹੁਤ ਗੱਲਾਂ। ਇਕੱਲਾ ਇਕੱਲਾ ਕਿਸਾਨੀ ਦਾ ਮਸਲਾ ਨਹੀਂ, ਪੰਜਾਬ ਤਾਂ ਹਰੇ ਬੜਾ ਕੁਛ ਪੰਜਾਬ ਦਾ ਨਿੱਘਰ ਚੁੱਕਿਆ, ਬੜਾ ਕੁਛ ਪੰਜਾਬ ਦਾ ਖਤਮ ਹੋ ਚੁੱਕਿਆ। ਪੰਜਾਬੀਆਂ ਨੂੰ ਲੜਾਈਆਂ ਨੇ ਬਹੁਤ ਵੱਡੀ ਲੜਨੀ ਪੈਣੀ ਹੈ। ਸਾਡੇ ਪਾਣੀਆਂ ਦੇ ਵੀ ਹੱਕ ਨੇ, ਸਾਡੀ ਰਾਜਧਾਨੀ ਦਾ ਹੱਕ ਹੈ, ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੀਆਂ ਗੱਲਾਂ ਨੇ, ਸਾਡੀਆਂ ਨੌਕਰੀਆਂ ਰੁਜ਼ਗਾਰ ਦੀਆਂ ਗੱਲਾਂ ਨੇ। ਚਿੱਟਾ ਕਿਵੇਂ ਖਤਮ ਕਰਨਾ ਪੰਜਾਬ 'ਚੋਂ, ਸਾਡੇ ਪੰਜਾਬ ਦੇ ਪਾਣੀ ਦਾ ਪੱਧਰ ਡਿੱਗ ਰਿਹਾ, ਹੇਠਾਂ ਜਾ ਰਿਹਾ, ਪਾਣੀ ਦਾ ਸੁੱਕ ਜਾਣਾ ਪੰਜਾਬ ਦੇ ਵਿੱਚੋਂ। ਸਾਡੀ ਜਵਾਨੀ ਬਾਹਰਲੇ ਮੁਲਕਾਂ ਨੂੰ ਹਿਜਰਤ ਕਰ ਰਹੀ, ਪਿੰਡ ਵਿਹਲੇ ਹੋ ਰਹੇ ਨੇ, ਯੂਨੀਵਰਸਿਟੀਆਂ 'ਚ ਗਿਣਤੀ ਘੱਟ ਗਈ, ਕਾਲਜ ਬੰਦ ਹੋ ਚੱਲੇ, ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਕੇ ਪ੍ਰਾਈਵੇਟ ਨੂੰ ਵਧਾਵਾ ਦੇਤਾ, ਗਰਾਊਂਡ ਸਾਡੇ ਖਾਲੀ ਹੋ ਗਏ। ਕਿੰਨੇ ਮਸਲੇ ਨੇ ਪੰਜਾਬ ਦੇ ਜਿਨ੍ਹਾਂ ਦੇ ਗੱਲ ਕਰਨ ਦੀ ਲੋੜ ਆ, ਪਰ ਸਾਰੇ ਬਿਜਲੀ ਮੁਫ਼ਤ ਦੇ ਦਿੱਤੀ, ਆਟੇ ਦਾਲ ਦੇ ਦਿੱਤੇ, ਭਿਖਾਰੀ ਬਣਾ ਦਿਓ, ਠੂਠਾ ਫੜਾ ਦਿਓ ਲੋਕਾਂ ਦੇ ਹੱਥਾਂ 'ਚ, ਵੀ ਹਾਂ ਬੁਰਕੀ ਪਾਓ, ਲੋਕਾਂ ਨੂੰ ਵੋਟਾਂ ਲਓ, ਉਦੋਂ ਬਾਅਦ ਬਸ। ਅਤੇ ਸਾਡੇ ਲੋਕ ਵੀ ਇਹੋ ਜਿਹੇ ਹੋਏ ਪਏ ਆ ਵੀ ਲਿਆ ਦੱਸ ਮੈਨੂੰ ਕੀ ਦਿੰਦਾ, ਮੈਂ ਤੈਨੂੰ ਵੋਟ ਪਾ ਦਿੰਦਾ। ਵੀ ਗਾਂ ਦੂਏ ਤਾਂ ਦੇਖ ਲਾ ਵੀ ਪੰਜਾਬ ਜਾ ਕਿੱਧਰ ਨੂੰ ਰਿਹਾ, ਤੇਰੀ ਇਹ ਆਉਣ ਵਾਲੀ ਨਸਲ ਦੇ ਇਹ ਧਰਤੀ ਰਹਿਣ ਯੋਗ ਰਹੂਗੀ ਕਿ ਨਹੀਂ, ਵੱਡਾ ਸਵਾਲ ਇਹ ਆ ਸਾਡੇ ਲੋਕਾਂ ਦੇ ਅੱਗੇ। ਤਾਂ ਛੱਡ ਦਿਓ ਆ ਗੱਲਾਂ ਜਿਹੜੀਆਂ ਮੁਫ਼ਤ ਮਾਫ਼ਤ ਵਾਲੀਆਂ। ਆਮ ਆਦਮੀ ਪਾਰਟੀ ਵੀ ਹੁਣ ਚਾਹ ਰਹੀ ਹੈ ਕਿ ਪੰਜਾਬ 'ਚ ਸੱਤਾ 'ਚ ਆਵੇ ਅਤੇ ਉਹ ਫ੍ਰੀ ਬਿਜਲੀ ਦਾ ਵੀ ਦਿੱਤਾ ਉਹਨਾਂ ਨੇ ਨਾਲ, ਤੁਹਾਨੂੰ ਕੀ ਲੱਗਦਾ ਬਾਈ? ਫ੍ਰੀ ਵਾਲਾ ਮੈਂ ਕਿਸੇ ਫ੍ਰੀ ਦੇ ਹੱਕ 'ਚ ਨਹੀਂ ਹਾਂ, ਉੱਪਰ ਕਰੋ ਯਾਰ ਤੁਸੀਂ। ਬੇਸ਼ੱਕ ਮੈਂ ਮੇਰੀ ਕੋਈ ਰਾਜਨੀਤਿਕ ਮੈਂ ਕੋਈ ਰਾਜਨੀਤਿਕ ਪਾਰਟੀ ਨਹੀਂ, ਮੈਂ ਕੋਈ ਰਾਜਨੀਤੀ ਆਉਣਾ ਨਹੀਂ, ਮੈਂ ਆਉਣਾ ਵੀ ਹਾਂ ਮੰਨ ਲਓ, ਖੁਦਾ ਨਾ ਮੈਂ ਕਿਤੇ ਸਮਾਂ ਆਉਂਦਾ ਕਿਸੇ ਆਉਣਾ ਵੀ, ਤਾਂ ਮੇਰੀ ਕੋਈ ਇਹੋ ਜਿਹੀ ਨੀਤੀ ਨਹੀਂ ਹੋਊਗੀ। ਮੈਂ ਤੈਨੂੰ ਆਹ ਫ੍ਰੀ ਦੇ ਦਿੱਤਾ, ਤੈਨੂੰ ਆਹ ਮੁਫ਼ਤ ਦੇ ਦਿੱਤਾ, ਮੈਨੂੰ ਤੂੰ ਵੋਟ ਪਾ ਦੇ, ਠੀਕ ਹੈ ਨਾ। ਤੁਹਾਡੇ ਕੋਲ ਇੱਕ 100 ਸਾਲ ਦੀ ਕਹਿੰਦੇ ਹੁੰਦੇ ਆ ਨਾ ਕਿ ਤੁਹਾਡੇ ਕੋਲ ਇੱਕ ਸਾਲ ਦੀ ਜੇ ਯੋਜਨਾ ਨਾ ਤਾਂ ਫਸਲ ਬੀਜ ਲਓ, ਕੱਟ ਲਓਗੇ। 10 ਸਾਲ ਦੀ ਯੋਜਨਾ ਦਰਖਤ ਲਾਓ, ਰੁੱਖ ਲਾਓ। ਜੇ 100 ਸਾਲ 200 ਸਾਲ ਦੀ ਯੋਜਨਾ ਨਸਲਾਂ ਤਿਆਰ ਕਰੋ। ਸਾਡੇ ਕੋਲ 200 ਸਾਲ ਦੀ ਯੋਜਨਾ ਹੁਣ, ਜਿਹੜਾ 100 ਸਾਲ ਦੂਰ ਸੋਚਣਾ, 100 ਸਾਲ ਨੂੰ ਸਾਡੀ ਆਉਣ ਵਾਲੀ ਪੀੜ੍ਹੀ 200 ਸਾਲ ਨੂੰ ਕਿੱਥੇ ਖੜੀ ਹੋਊਗੀ? ਐਡੀ ਦੂਰਅੰਦੇਸ਼ੀ ਨਾਲ ਚੱਲਾਂਗੇ ਤਾਂ ਜਾ ਕੇ ਪੰਜਾਬ ਬਚੂਗਾ? ਇਹਦਾ ਠੀਕ ਹੈ, ਇਹ ਹੁਣ ਕਿੰਨਾ ਚਿਰ ਚੱਲੂ ਕੰਮ? ਬਾਦਲਾਂ ਨੇ ਪਹਿਲਾਂ ਜਾਇਦਾਦਾਂ ਵੇਚੀਆਂ, ਜੇਲ੍ਹਾਂ ਵੇਚਤੀਆਂ, ਪੁਰਾਣੀਆਂ ਜੇਲ੍ਹਾਂ ਵੇਚਤੀਆਂ, ਪੈਸੇ ਕਮਾਏ ਲੋਕਾਂ ਦੇ, ਮਾੜਾ ਮੋਟਾ ਕੰਮ ਕਰਾਤਾ, ਨਵੇਂ ਥਾਂ ਜੇਲ੍ਹਾਂ ਬਣਾਤੀਆਂ ਸਸਤੀਆਂ। ਸਰਕਾਰ ਹੁਣ ਕੈਪਟਨ ਕੀ ਕਰ ਰਿਹਾ? ਪੰਚਾਇਤੀ ਜ਼ਮੀਨਾਂ ਵੇਚੀ ਜਾਂਦਾ, ਨਹਿਰੀ ਕੋਠੀਆਂ ਵੇਚੀ ਜਾਂਦੇ ਨੇ, ਜਿੰਨਾ ਜਿਹੜੇ ਸਰਕਾਰੀ ਜਾਇਦਾਦ ਹੈ ਤੁਸੀਂ ਕਿੰਨਾ ਚਿਰ ਵੇਚ ਵੇਚ ਕੇ ਘਰ ਚਲਾਓਗੇ? ਘਰ ਦਾ ਮੁਖੀ ਜੇ ਘਰ ਦਾ ਜ਼ਮੀਨ ਵੇਚਣ ਲੱਗ ਜੇ, ਘਰ ਨੂੰ ਵੇਚਣ ਲੱਗ ਜੇ, ਘਰ 'ਚ ਪਿਆ ਸਮਾਨ ਵੇਚਣ ਲੱਗ ਜੇ, ਤਾਂ ਉਹ ਘਰ ਬਚੂਗਾ? ਉਹ ਹਾਲਾਤ ਪੰਜਾਬ ਦੇ, ਐਂ ਨਹੀਂ ਪੰਜਾਬ ਬਚਣਾ। ਮੈਂ ਲੋਕਾਂ ਨੂੰ ਅਪੀਲ ਕਰਦਾ, ਜੇ ਪੰਜਾਬ ਬਚਣਾ ਰੋਟੀ ਥਾਂ 'ਤੇ ਅੱਧੀ ਖਾ ਲਓ, ਜਿੱਥੇ 2 ਮੰਜ਼ਲੀ ਪਾਉਂਦੇ ਹੋ ਉੱਥੇ ਕੋਈ ਗੱਲ ਨਹੀਂ, 2 ਕਮਰੇ ਪਾ ਕੇ ਸਾਰ ਲਓ। ਵੱਡੀ 50 ਲੱਖ ਵਾਲੀ ਗੱਡੀ 'ਤੇ ਘੁੰਮਦੇ ਹੋ, 5 ਲੱਖ ਵਾਲੀ 'ਤੇ ਆ ਜਾਓ। ਵੱਡਾ 1 ਲੱਖ ਰੁਪਏ ਵਾਲਾ ਮੁੰਡੇ ਨੂੰ ਫੋਨ ਲੱਗ ਦੇਣਾ ਸਿਓ ਜੇ ਵਾਲਾ, 5000 ਵਾਲਾ ਲੈ ਕੇ ਦੇ ਦਿਓ। ਪੰਜਾਬ ਨੂੰ ਬਚਾਉਣਾ ਪੈਣਾ, ਸ਼ੁਰੂਆਤ ਹਰ ਪੰਜਾਬੀ ਨੂੰ ਆਪਣੇ ਆਪ ਤੋਂ ਕਰਨੀ ਪੈਣੀ ਕਿ ਪੰਜਾਬ ਮੇਰਾ, ਮੈਂ ਬਚਾਊਂਗਾ। ਕਿਵੇਂ ਬਚਾਊਂਗਾ ਇਹ ਪੰਜਾਬੀ ਨੂੰ ਸੋਚਣਾ ਪੈਣਾ। ਇਹ ਭੁੱਲ ਜਾਓ, ਇਹ ਦਿਮਾਗ 'ਚੋਂ ਕੱਢ ਦਿਓ ਗੱਲ ਵੀ ਕੋਈ ਤੁਹਾਨੂੰ ਕੋਈ ਫਰਿਸ਼ਤਾ ਆਊਗਾ, ਕੋਈ ਰਹਿਬਰ ਆਊਗਾ, ਕੋਈ ਲੀਡਰ ਆਊਗਾ, ਕੋਈ ਨਵੀਂ ਸਰਕਾਰ, ਜਿੰਨੀਆਂ ਮਰਜ਼ੀ ਸਰਕਾਰਾਂ ਬਦਲ ਲਓ, ਬਾਦਲ ਦੇਖ ਲਏ, ਕੈਪਟਨ ਦੇਖ ਲਿਆ, ਕਾਂਗਰਸ ਦੇਖ ਲਈ, ਦੂਜੀ ਤੀਜੇ ਦੇਖ ਲਓ, ਭੁੱਲ ਜਾਓ ਤੁਸੀਂ ਇਹਨਾਂ ਤੋਂ ਉਮੀਦ ਰੱਖੋਗੇ ਤੁਹਾਨੂੰ ਬਚਾ ਦੇਣਗੇ। ਇਹ ਆਪ ਜਾਗਣਾ ਪੈਣਾ, ਆਪ ਪਹਿਰਾ ਦੇਣਾ ਪੈਣਾ, ਫਿਰ ਜਾ ਕੇ ਪੰਜਾਬ ਦੇ।